ਤੀਜਾ ਸਾਲ ਸਮਝਣ ਲੱਗੀ ਹੈ। ਹੁਣ ਜਿਹੜਾ ਤੀਜਾ ਚੌਥਾ ਪੰਜਵਾਂ ਬਹੁਤ ਹੀ ਸੌਖਾ ਹੈ। ਆਪਾਂ ਪਹਿਲਾਂ ਕੀਤੇ ਸੀ ਕਿ ਇਸਦੇ ਵਿੱਚ ਆਪਾਂ ਦੋ ਤ੍ਰਿਭੁਜਾਂ ਨੂੰ ਕੋਂਗਰੂਐਂਟ ਸਰਬੰਸਾਂ ਦਿਖਾਣਾ ਹੈ ਤੇ ਕੋਂਗਰੂਐਂਟ ਦਾ ਨਿਸ਼ਾਨ ਕੀ ਸੀ? ਦੋ ਲਾਈਨਾਂ ਦੇ ਉੱਪਰ ਐਵੇਂ ਐਵੇਂ ਸੀ ਨਾ। ਕਿਸੇ ਵੀ ਦੋ ਤ੍ਰਿਭੁਜਾਂ ਨੂੰ ਪਹਿਲਾਂ ਇਹ ਦੱਸੋ ਇਸ ਆਕ੍ਰਿਤੀ ਵਿੱਚ ਕਿਹੜੇ ਦੋ ਤ੍ਰਿਭੁਜ ਹੈ, ਕੋਈ ਨਾਮ ਦੱਸ ਸਕਦਾ ਤ੍ਰਿਭੁਜਾਂ ਦੇ? ਆਪਾਂ ਅੱਗੇ ਤ੍ਰਿਭੁਜ ਦਾ ਨਾਮ ਦੇਣਾ ਸਿੱਖਿਆ ਸੀ, ਕਿਹੜੇ ਕਿਹੜੇ ਦੋ ਤ੍ਰਿਭੁਜ ਬਣਦੇ ਆ ਨਾਮ ਦੱਸੋ। ਜਿਵੇਂ ਮੇਰਾ ਨਾਮ ਹੈ, ਤੁਹਾਡੇ ਨਾਮ ਹੋਵੇ, ਇਹਦੇ ਚ ਸਾਫ ਦਿੱਤੇ ਪਏ ਦੋ ਤ੍ਰਿਭੁਜ ਬਣਦੇ ਬਣਦੇ ਠੀਕ ਹੈ। ਇੱਕ ਤ੍ਰਿਭੁਜ ਆ ਰਿਹਾ ਤੇ ਇੱਕ ਤ੍ਰਿਭੁਜ, ਇਹਨਾਂ ਦੇ ਨਾਮ ਕਿਉਂ ਨੇ? ਇਸ ਤ੍ਰਿਭੁਜ ਦਾ ਕੀ ਨਾਮ ਕਹਾਂਗੇ ਬੇਟਾ? ਕਿਸੇ ਵੀ ਤ੍ਰਿਭੁਜ ਦਾ ਨਾਮ ਹੁੰਦਾ ਜਿਹੜੇ ਤਿੰਨ ਕੋਨਿਆਂ ਦੇ ਅੰਗਰੇਜ਼ੀ ਅੱਖਰ ਲਿਖਣ ਤੇ ਉਹੀ ਨਾਮ ਹੁੰਦਾ। ਇਸ ਤ੍ਰਿਭੁਜ ਆ ਬਣਦਾ ਪਿਆ, ਇਹਦਾ ਇੱਕ ਕੋਨਾ ਕੀ ਹੈ? ਦੂਜਾ ਕੋਨਾ, ਤੀਜਾ ਕੋਨਾ, ਆ ਇਹਦੇ ਤ੍ਰਿਭੁਜ ਦਾ ਨਾਮ ਹੈ। ਚਾਹੇ ਇਹ ਪਹਿਲਾਂ ਲਿਖ ਲਓ ਚਾਹੇ ਡੀ ਬਾਅਦ ਚ ਲਿਖ ਲਓ, ਇੱਕੋ ਹੀ ਗੱਲ ਹੈ। ਜਿਹੜੇ ਮਰਜ਼ੀ ਤਿੰਨ ਕੋਨੇ ਲਿਖ ਲਓ। ਹੁਣ ਐਵੇਂ ਦੂਜੇ ਤ੍ਰਿਭੁਜ ਦਾ ਨਾਮ ਦੱਸੋ। ਜੋੜਾ ਭੂਜਾ ਦਾ ਕੇ ਕੋਣ ਦਾ ਆ ਨਿਸ਼ਾਨ ਕੋਣ ਦੇ ਅੱਗੇ ਪਾਉਂਦੇ ਹਾਂ ਤਾਂ ਇੱਥੋਂ ਪਤਾ ਚੱਲ
ਚੱਲਦਾ ਇਹ ਫੋਨ ਅਵਤਾਰ ਇੱਥੇ ਆ ਕੋਈ ਨਿਸ਼ਾਨ ਪਾਇਆ ਫੋਨ ਤੇ ਦੇ ਫਿਰ ਕੀ ਹੋ ਗਈ ਪੂਜਾ ਕੇ ਬੋਲਣਾ ਆ ਏਡੀ ਪੂਜਾ ਨਾ ਤ੍ਰਿਭੂ ਦੀ ਫਿਰ ਇਸ ਦਾ ਮਤਲਬ ਆ ਪੂਜਾ ਦਾ ਜੋੜਾ ਆ ਕਾਹਦਾ ਜੋੜਾ ਗਿਆ ਫੋਨ ਦਾ ਜੋੜਾ ਆ ਕਾਹਦਾ ਗਿਆ ਫੋਨ ਆ ਵੀ ਕੌਣ ਆ ਵੀ ਕੌਣ ਗਿਆ ਕੀ ਹੈ ਪੂਜਾ ਤਾਂ ਯਾਨੀ ਕਿ ਫਿਰ ਕਿਹੜਾ ਰੂਲ ਲੱਗਿਆ ਦੋ ਐਂਗਲ ਹੋ ਗਏ ਇੱਕ ਸਾਈਡ ਹੋ ਗਈ ਕੌਣ ਕੌਣ ਪੂਜਾ ਨਿਯਮ ਹੋ ਗਏ ਸਰਪੰਚ ਆਈ ਸਿੱਧ ਕਰਨਾ ਤੁਸੀਂ ਅੱਗੇ ਲਿਖਾਂਗੇ ਹੋਰ